ਜਿਹਨੇ ਜਿਹੜੇ ਦਾਦੇ ਦੇ ਜਿਹੜੇ ਪਿਓ ਦੇ ਮੋਢਿਆਂ ਤੇ ਨੌਜਵਾਨ ਪੁੱਤ ਦੀ ਆਖੀ ਉੱਠਣੀ ਹੈ, ਉਹਦੇ ਬਾਰੇ ਸਰਕਾਰ ਆ ਕੇ ਸਾਰ ਲੈ ਸਕਦੀ ਹੈ। ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ। ਹਾਲੇ 10 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ। ਭਿਆਨਕ ਸੜਕੀ ਹਾਦਸੇ ਦੇ ਵਿੱਚ ਚਰਨਪ੍ਰੀਤ ਸਿੰਘ ਦੀ ਮੌਤ ਹੋਈ ਹੈ। ਜਿਉਂ ਹੀ ਇਹ ਖਬਰ ਪੰਜਾਬ ਰਹਿੰਦੇ ਪਰਿਵਾਰ ਤੱਕ ਪੁੱਜੀ ਤਾਂ ਦੁੱਖਾਂ ਦਾ ਪਹਾੜ ਡਿੱਗ ਪਿਆ। ਮੋਗਾ ਦੇ ਪਿੰਡ ਕਾਨ ਸਿੰਘ ਵਾਲਾ ਦਾ ਇਹ ਨੌਜਵਾਨ ਚਰਨਪ੍ਰੀਤ ਸਿੰਘ ਸੀ, ਜੋ 10 ਮਹੀਨੇ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ। ਕਾਰ ਐਕਸੀਡੈਂਟ ਦੇ ਵਿੱਚ ਇਸ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੈ। ਸਰੀ ਦੇ ਵਿੱਚ ਆਪਣੇ 4 ਦੋਸਤਾਂ ਦੇ ਨਾਲ ਕਿਤੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਕਾਰ ਦੇ ਨਾਲ ਜ਼ੋਰਦਾਰ ਟੱਕਰ ਹੋਈ, ਜਿਸ ਦੇ ਵਿੱਚ 21 ਸਾਲ ਦੇ ਚਰਨਪ੍ਰੀਤ ਸਿੰਘ ਤੇ ਉਸਦੇ ਇੱਕ ਹੋਰ ਦੋਸਤ ਦੀ ਦਰਦਨਾਕ ਮੌਤ ਹੋਈ ਹੈ। ਹਾਲੇ 10 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ੇ ਤੇ ਚਰਨਪ੍ਰੀਤ ਕੈਨੇਡਾ ਗਿਆ ਸੀ। ਮੋਗਾ ਦੇ ਪਿੰਡ ਕਾਨ ਸਿੰਘ ਵਾਲਾ ਦੀਆਂ ਇਹ ਤਸਵੀਰਾਂ ਨੇ, ਉਸ ਨੌਜਵਾਨ ਦੀਆਂ ਤਸਵੀਰਾਂ ਨੇ ਜਿਸ ਦੇ ਘਰ ਦੇ ਵਿੱਚ ਸੱਥਰ ਵਿਛਿਆ ਹੋਇਆ। ਤਾਂ ਕਾਰ ਐਕਸੀਡੈਂਟ ਦੇ ਵਿੱਚ ਚਰਨਪ੍ਰੀਤ ਸਿੰਘ ਦੀ ਮੌਤ ਹੋਈ ਹੈ। ਸਟੱਡੀ ਵੀਜ਼ੇ ਤੇ ਵਿਦੇਸ਼ ਗਿਆ ਸੀ। ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਤਾਂ ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ। ਮੋਗਾ ਦੇ ਪਿੰਡ ਕਾਨ ਸਿੰਘ ਵਾਲਾ ਦਾ 21 ਸਾਲ ਦਾ ਚਰਨਪ੍ਰੀਤ ਸਿੰਘ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਤਾਂ ਪੀੜਤ ਮਾਪਿਆਂ ਦੇ ਵੱਲੋਂ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਹ ਹੱਥੀਂ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਕਰ ਸਕਣ। ਦੱਸ ਦਈਏ ਕਿ ਮਾਪਿਆਂ ਦਾ ਕੱਲਾ ਪੁੱਤ ਸੀ ਚਰਨਪ੍ਰੀਤ, ਜੋ ਕਿ ਕੈਨੇਡਾ ਦੇ ਵਿੱਚ ਸੜਕੀ ਹਾਦਸੇ ਦਾ ਸ਼ਿਕਾਰ ਹੋਇਆ। ਉਸਦੀ ਤੇ ਉਸਦੇ ਇੱਕ ਦੋਸਤ ਦੀ ਮੌਕੇ ਤੇ ਹੀ ਮੌਤ ਹੋ ਗਈ। ਸਰਕਾਰ ਦੱਸ ਸਕਦੀ ਹੈ ਕਿ ਅਸੀਂ ਵਿਦੇਸ਼ਾਂ ਨੂੰ ਇਹ ਨੌਜਵਾਨੀ ਪੀੜ੍ਹੀ ਹੈ ਜਿਹੜੀ ਸਾਡੀ ਕਿਉਂ ਕੂਚ ਕਰ ਰਹੀ ਹੈ? ਕਾਰਨ ਉਹਦਾ ਕੀ ਹੈ? ਕਾਰਨ ਵਿਦੇਸ਼ਾਂ ਨੂੰ ਜਾਣ ਦਾ, ਜਿਹੜੀਆਂ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ, ਜਿਹੜੀਆਂ ਸਰਕਾਰਾਂ ਇੱਥੇ ਸਾਡੇ ਨੌਜਵਾਨਾਂ ਤੇ ਬਿਨਾਂ ਗੱਲ ਤੋਂ ਪਰਚੇ ਪਾਉਂਦੀਆਂ, ਸਾਡੇ ਨੌਜਵਾਨਾਂ ਨੂੰ ਨਸ਼ੇ ਵੱਲ ਧਕੇਲ ਰਹੀਆਂ, ਸਾਡੇ ਨੌਜਵਾਨਾਂ ਨੂੰ ਨਾ ਰੁਜ਼ਗਾਰ ਮਿਲਣ ਦੇ ਕਾਰਨ ਸਾਡੀ ਨੌਜਵਾਨੀ ਹੈ ਜਿਹੜੀ ਵਿਦੇਸ਼ਾਂ ਨੂੰ ਕੂਚ ਕਰਦੀ ਆ। ਫਿਰ ਉੱਥੇ ਜਾ ਕੇ ਪਤਾ ਨਹੀਂ ਸਾਡੇ ਬੱਚੇ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਆ, ਕੀ ਉਹਨਾਂ ਦੇ ਨਾਲ ਉੱਥੇ ਹੋ ਰਿਹਾ, ਇੱਥੇ ਪਿੱਛੇ ਮਾਂ ਪਿਓ ਨੂੰ ਕੋਈ ਪਤਾ ਨਹੀਂ। ਤੇ ਜਿਹੜੀ ਇਹ ਘਟਨਾ ਹੋਈ ਆ, ਇਕਲੌਤਾ ਮਾਪਿਆਂ ਦਾ ਪੁੱਤ, ਨਾ ਕੋਈ ਭੈਣ ਨਾ ਕੋਈ ਭਰਾ, ਤੇ ਸਾਰੀ ਜ਼ਿੰਦਗੀ ਲਈ ਮਾਂ ਪਿਓ ਨੂੰ ਆ ਜਿਹੜਾ ਦਾਦੇ ਦਾਦੀ ਨੂੰ ਝੰਜੋੜ ਕੇ ਰੱਖਦੀ ਹੈ। ਕਾਨ ਸਿੰਘ ਵਾਲਾ ਪਿੰਡ ਦੇ ਵਿੱਚ ਨਹੀਂ, ਪੂਰੇ ਸਾਡਾ ਬਲਾਕ ਮੋਗਾ 2 ਦੇ ਵਿੱਚ ਅੱਜ ਸੋਗ ਦੀ ਲਹਿਰ ਚੱਲੀ ਜਾਂਦੀ ਹੈ। ਇਹੋ ਜਿਹਾ ਨਿੱਘਾ ਪਰਿਵਾਰ ਕਿ ਅੱਜ ਤੱਕ ਕਿਸੇ ਦੇ ਉਹ ਇਹ ਕਹਿ ਕੇ ਗੱਲ ਕਰਨ ਵਾਲਾ ਨਹੀਂ, ਇੰਨਾ ਸਾਰੇ ਇਹ ਸਾਡੇ ਜਵਾਈ ਆ, ਸਾਡਾ ਪ੍ਰਾਹੁਣਾ ਤੇ ਸਾਡੇ ਭਾਂਜੇ ਦਾ ਜਿਹੜਾ ਬੇਟਾ ਸੀ ਜਿਹਦੀ ਅੱਜ ਡੈਥ ਹੋਈ ਆ। ਸੋ ਸਾਡੇ ਲਈ ਤਾਂ ਭਰਾਵਾ ਅੱਜ ਸਾਡਾ ਤਾਂ ਦੇਸ਼ ਆ ਜਿਹੜਾ ਸੁੰਨਾ ਹੋ ਗਿਆ, ਤੇ ਅਸੀਂ ਤਾਂ ਸਰਕਾਰ ਤੋਂ ਪੂਰੀ ਜ਼ੋਰ ਮੰਗ ਕਰਦੇ ਹਾਂ, ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਸਾਡੇ ਪੁੱਤ ਦੀ ਇਹ ਡੈੱਡ ਬੋਡੀ ਆ ਜਿਹੜੀ ਪਿੰਡ ਕਾਨ ਸਿੰਘ ਵਾਲਾ ਦੇ ਵਿੱਚ ਪਹੁੰਚਾਈ ਜਾਵੇ, ਤਾਂ ਕਿ ਅਸੀਂ ਉਹਨੂੰ ਵੇਖ ਕੇ ਆਪਦੀਆਂ ਅੱਖਾਂ ਠੰਡੀਆਂ ਕਰ ਲਈਏ, ਕਿਉਂਕਿ ਸਾਰੀ ਜ਼ਿੰਦਗੀ ਦਾ ਜਿਹੜਾ ਵਿਛੋੜਾ ਉਹ ਦੇ ਗਿਆ, ਉਹ ਨਾ ਅਸੀਂ ਅੱਜ ਪੂਰਾ ਕਰ ਸਕਦੇ ਹਾਂ ਅਤੇ ਨਾ ਹੀ ਕਿਸੇ ਤੋਂ ਪੂਰਾ ਹੋਣਾ। ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜੀ ਸਾਡੇ ਪੁੱਤ ਦੀ ਡੈੱਡ ਬੋਡੀ ਹੈ ਸਾਨੂੰ ਪਿੰਡ ਦੇ ਵਿੱਚ ਪਹੁੰਚਾਈ ਜਾਵੇ।